ਆਲੂ ਦੇਖੋ 50 ਰੁਪਏ ਕਿਲੋ ਹੀ ਹੈ ਨਾ ਸਾਰੇ ਲੋਕ ਭਈ ਇਹ ਵੀ ਅੱਜ ਕੱਲ੍ਹ ਆਦਿ ਨਾ ਕਿ ਆਲੂ ਖਲਾਈ ਡੋ ਮਾਰੇ ਆਲੂ ਨਹੀਂ ਹੈ ਕੋਈ ਸਬਜੀ ਆਲੂ ਦੇ ਡੋ ਹੁਣ ਆਲੂ ਹੀ ਆਥੇ ਲੱਗੇ ਜਨਾਬ ਆਲੂ ਜਿਹੜਾ 50 100 ਰੁਪਏ ਕਿਲੋ ਆਲੂ ਲੱਗੇ ਦਾ ਚੱਲਣਾ ਪਿਆ ਜਿਹੜਾ ਨਾ ਮਹਿੰਗਾ ਹੀ ਦਾ ਤੜਕਾ ਵੀ ਕੀ ਜੇ ਕੋਹਾਨੇ ਵਿਚਾਰੇ ਨੇ ਲੂਣ ਮਰਚੇ ਕਨੇ ਚਟਨੀ ਕੁੱਟੀਆਂ ਖਾਣੀ ਹੋਗ ਤੋ ਉਹਦੇ ਵਾਸਤੇ ਹੁਣ ਚਟਨੀ ਵੀ ਜਿਹੜੀ ਆ ਉਹਦੀ ਆਪਣੀ ਚਟਨੀ ਨਿਕਲੀ ਜੀ ਜਨਾਬ ਉਹ ਨਹੀਂ ਘਟੀ ਸਕਦਾ ਹੁਣ ਜੀ ਆ ਕੀ ਕੋਈ ਆਦਦਾ ਕਿ ਅਸਤੋ ਹੀ ਇਹ ਦੇਗੇ ਅਸਤੋ ਹਿੰਦਵਸਤੀਆਂ ਕਰਕੇ ਇਆਂ ਕਰਕੇ ਲੇਕਿਨ ਇਨੇ ਜਿਸ ਤੱਕ ਸਾਨੂੰ ਵੀ ਹੁਣ ਮੇਰੀ 28 ਸਾਲ ਉਮਰ ਹੋਈ ਆ ਮੈਂ ਜਦੋਂ ਦਾ ਦਿਖਾ ਰਹਿਣੇਗੀ ਇਹ ਮੇਸ਼ਾ ਮੁੱਦੇ ਖਾਲੀ ਚੁੱਕ ਦੇਣਾ ਮੁੱਦੇ ਮੁੱਦੇ ਦੇ ਉੱਪਰ ਲੱਥ ਦੇਣੀਆਂ ਸਾਨੂੰ ਹੁਣ ਆਣਾ ਇਹਨੇ ਗਮਰਾਹ ਕਰਨਾ ਵੋਟ ਇਣੀ ਦੇਈਨੇ ਨਾ ਸੇ ਕਿਉਂਕਿ ਅਸ ਆਲੇ-ਪੋਲੇ ਬੰਦਿਆਂ ਵੋਟ ਸਾਨੂੰ ਦੇਣਾ ਵੀ ਜ਼ਰੂਰੀ ਆ ਅੱਛਾ ਵੋਟ ਨਹੀਂ ਦੇਈਨਾ ਫਿਰ ਉਹਦੇ ਬਾਅਦ ਇਹਨੇ ਸਾਨੂੰ ਦਿਖਣਾ ਚਾਹੀਦਾ ਨਾ ਕਿ ਉਸ ਗ੍ਰਾਂ ਦੇ ਵਿੱਚੋਂ ਅਸੀਂ ਨੇ ਵੋਟ ਲੈਤੇ ਦੇਣਾ ਉਹ ਉਸ ਟਾਈਮ ਉਹ ਬੰਦੇ ਸਾਨੂੰ ਵੋਟ ਪਾਏ ਹਨ ਉਹਦੇ ਵਾਸਤੇ ਹੁਣ ਅਸੀਂ ਜੀਏ ਦੇਖਣੇ ਆ ਕਿ ਉਹਦੇ ਘਰ ਗ੍ਰਾਂ ਦੇ ਵਿੱਚ ਕਿਸ ਗੱਲ ਦੀ ਕਮੀ ਆ ਉਹ ਕਮੀ ਉਹਨੇ ਪੂਰੀਆਂ ਕਰਨੀਆਂ ਨੇ ਬਿਜਲੀ ਦੇ ਜਿਹੜਾ ਨਾ ਪਹਿਲੀ ਜਿਹੜਾ ਸਿਸਟਮ ਹੀ ਉਹ ਸਾਰਾ ਕੱਟੀ ਛੁੜਿਆ ਉਹ ਨਵੇਂ ਮੀਟਰ ਲਾਇਡ ਨਾ ਸਮਾਰਟ ਮੀਟਰ ਲਾਇਡ ਨਾ ਹੁਣ ਗਰੀਬ ਬੰਦਾ ਕਿਧਿਆੜੀ ਲਈ ਆਪਣੇ ਬੱਚੇ ਪਾਲੇਗਾ ਕਿ 15-15 20-20 ਹਜ਼ਾਰ ਰੁਪਏ ਦੇ ਬਿੱਲ ਜਮਾ ਕਰਾਏਗੇ ਇੰਨੀ ਮਹਿੰਗਾਈ ਕਰੀਂਗਾ ਨਾ ਤੇ ਲੋਕ ਆਪਣੇ ਆਪਗੇ ਮਰੀ ਜਾਣੇ ਇਹ ਨਹੀਂ ਦੋਰੀ ਵਾਰੀ ਬੋਰਡ ਕੋ ਤੋਂ ਖਲੀ ਇਹ ਮੁੱਦਾ ਹੈ ਕਿ ਥੋੜਾ ਗਰੀਬ ਬੰਦੇ ਵਾਲੀ ਵੀ ਦੇਖਣ ਜਿਹੜੇ ਗਰੀਬ ਨਾ ਉਹਦੇ ਬਾਰੇ ਚ ਸੋਚਣ ਕਿ ਜਿਵੇਂ ਜਾਨੇ ਕਿ ਚੀਨੀ ਹੁੰਦੀ ਸੀ ਅੱਜ ਉ ਵੀ ਨਹੀਂ ਸੋਵਾਰੀ ਮੇ ਲੱਗਦਾ ਹੋਰ 4 ਸਾਲ ਆ ਜਿਹੜੇ ਆਣੇ ਨੇ ਨਹੀਂ ਕਿ ਚੋਲ ਵੀ ਨਹੀਂ ਸੋਣੇ ਆਟਾ ਵੀ ਨਹੀਂ ਸ ਅਗੇ ਇਹ ਪੀਲਾ ਕੀ ਹੁਣ ਅਗਰ ਕੋਈ ਤਾਂ ਸਰਾਖ ਸਾਈਡ ਵਾਸਤੇ ਸ਼ੈਡਡ ਹੋ ਗਿਆ ਸੀ ਜਾਚੇ ਤੇ ਜਾਚੇ ਕਿਹੜੇ ਪਾਸੇ ਜਾਚੇ ਪਹਿਲਾ ਨੰਬਰ ਦੇ ਗ੍ਰਾਂਂ ਦੀ ਮੇਨ ਚੀਜ਼ ਹੁੰਦੀ ਆ ਕਿ ਸੜਕ ਠੀਕ ਐ ਕਿ ਸਾਡੇ ਗ੍ਰਾਂਂ ਦੇ ਵਿੱਚ ਸੜਕ ਕੋਈ ਨਹੀਂ ਐ ਔਰ ਸਾਡੇ ਗ੍ਰਾਂਂ ਦੇ ਵਿੱਚ ਮੈਡਡੋਰ ਕੋਈ ਨਹੀਂ ਐ ਠੀਕ ਐ ਸਾਨੂੰ ਇਥੋਂ 4 ਕਿਲੋਮੀਟਰ ਦੂਰ ਜੀ ਮੈਡਡੋਰ ਪਗੰਨੇ ਪਉਂਦੀ ਔਰ ਰੋਡ ਦੀ ਹਾਲ ਤਿੰਨੀ ਮਾੜੀ ਐ ਕਿ ਤੁਸੀਂ ਕਦੇ ਆਪੇ ਵੀ ਦੇਖੀਏ ਜਾਂ ਤੁਸੀਂ ਖੁਦ ਪਤਾ ਚੱਲੀ ਆ ਔਰ ਦੂਆ ਨੰਬਰ ਇਸ ਗ੍ਰਾਂਂ ਦੇ ਵਿੱਚ ਕੋਈ ਗਰਾਊਂਡ ਨਹੀਂ ਕੋਈ ਕੁਛ ਨਹੀਂ ਐ ਬੱਚੇ ਖੇਲਣੇ ਦੀ ਬਹੁਤ ਤੰਗੀ ਐ ਹਸਪੀਟਲ ਕੋਈ ਨਹੀਂ ਹੈ ਅਗਰ ਕੋਈ ਬਿਮਾਰ ਹੋ ਜਾਂਦਾ ਸਾਨੂੰ ਇੱਥੋਂ ਜਾਣੇ ਪਉਂਦਾ ਬਖਸ਼ੀ ਨਗਰ ਜਾਣੇ ਪਉਂਦਾ ਤੇ ਬਖਸ਼ੀ ਨਗਰ ਇੱਥੋਂ ਆ 16 17 ਕਿਲੋਮੀਟਰ ਹੈ ਤੇ ਅਗਰ ਕਈ ਵਾਰੀ ਕਈਆਂ ਕੋਲ ਸਾਧਨ ਆਪਣਾ ਦਾ ਕਈਆਂ ਕੋਲ ਨਹੀਂ ਹੁੰਦਾ ਕੋਈ ਗਰੀਬੀ ਬੰਦਾ ਹੁੰਦਾ ਜਿਹਦੇ ਕੋਲ ਜਨਾਬ ਪੈਸੇ ਗੱਡੀ ਕਰਨੇ ਵਾਸਤੇ ਨਹੀਂ ਹੁੰਦਿਆਂ ਤੇ ਇਹਦਾ ਮਤਲਬ ਹੈ ਕਿ ਉਹ ਤੇ ਉੱਥੋਂ ਤੜੀ ਪੁੱਛਦੇ ਵੀ ਨਹੀਂ ਹਨ ਤੇ ਮੈਂ ਗਵਰਨਮੈਂਟ ਅੱਗੇ ਇਹ ਅਪੀਲ ਕਰਗਾ ਕਿ ਜਿਹੜੀ ਵੀ ਸਰਕਾਰ ਅਗਰ ਬੰਦੀ ਆ ਮੈਂ ਹੱਥ ਜੋੜੀ ਹੁੰਦੇ ਅੱਗੇ ਗੁਜਾਰਸ਼ ਕਰਨਾ ਕਿ ਮੇਨ ਮੁੱਦਾ ਇਹ ਹੈ ਕਿ ਜੀਆਂ ਅੱਜ ਤੇ ਨਹੀਂ ਖੁਸ਼ੀ ਕਰਨੇ ਗਰਾں-ਗਰਾں ਦੇ ਵਿੱਚ ਆਣੀਏ ਸਾਰੇ ਲੋਕਾਂ ਹੀ ਬੋਲਾ ਦੇਣਾ ਕਿ ਸਾਨੂੰ ਬੋਟ ਪਾਵੋ ਇਹ ਕਰੋ ਉਹ ਕਰੋ ਅਰੇ ਜਿਹੜੇ ਗਰਾں ਦੇ ਲੋਕ ਨਾ ਇਹ ਆਲੇ-ਭੋਲੇ ਨਾ ਇਣੀ ਕਿ ਜਿੱਧਰ ਲੱਗੇ ਉਹਨੇ ਲੱਗੀ ਜਾਣਾ ਪਰ ਮੈਂ ਇੱਕ ਗੱਲ ਦਾ ਮੁੱਦਾ ਇਹ ਆ ਕਿ ਬੋਟ ਅਗਰ ਕੋਈ ਵੀ ਸਰਕਾਰ ਬੰਦੀ ਆ ਉਸੇ ਸਭ ਤੋਂ ਪਹਿਲਾਂ ਸਿਟੀ ਛੋੜੀਏ ਔਰ ਗਰਾں ਦੇ ਵਿੱਚ ਆਣੇ ਚਾਹੀਦਾ ਅਸੀਂ ਗਰਾں ਦੇ ਵਿੱਚ ਪਹਿਲਾਂ ਦੇਖਣਾ ਚਾਹੀਦਾ ਕਿ ਗਰਾں ਦੇ ਵਿੱਚ ਕੀ ਡਿਵੈਲਪਮੈਂਟ ਹੈ ਕੌਣ ਚੰਗਾ ਕੁਝ ਸੜਕਾਂ ਸਹੀਆਂ ਇੱਥੇ ਕੋਈ ਬੱਚਿਆਂ ਕੀ ਖੇਲਣੇ ਵਾਸਤੇ ਗਰਾਊਂਡ ਹੈ ਪਾਰਕਿੰਗ ਹੈ ਜੀ ਹਮਨੀਆਂ ਚਲੋ ਕਿ ਦਾ ਤਰਿਕ ਵਾਰੀ ਕੋਈ ਬਿਮਾਰੀ ਗੇ ਲਾ ਲੋ ਕੋਈ ਸਹੀ ਲੱਗੀ ਜਾਂਦੀ ਡਾਕਟਰ ਰੱਸਦਾ ਕਿ ਭਾਈ ਸੀ ਸ਼ੂਗਰ ਆ ਸਾਰ ਕਰੋ ਸਾਡੇ ਇਧਰ ਸਾਰ ਕਰਨੇ ਕੋਈ ਥਾਰਾ ਨਹੀਂ ਆ ਕੋਈ ਗਰਾਉਂਡ ਨਹੀਂ ਆ ਕੋਈ ਕੁਛ ਨਹੀਂ ਆ ਤੇ ਮੈਂ ਗਵਰਨਮੈਂਟ ਅੱਗੇ ਇਹ ਅਪਲਾਈ ਕਰਨਾ ਕਿ ਚਲੋ ਜੀ ਜਿਹੜੀ ਵੀ ਸਰਕਾਰ ਬੰਦੀ ਆ ਉਸੇ ਸਭ ਤੋਂ ਪਹਿਲਾਂ ਸਾਡੇ ਇਧਰ ਗਰਾਹੇ ਦੇ ਵਿੱਚ ਕੋਈ ਹਸਪੀਟਲ ਹੋਣੀ ਚਾਹੀਦੇ ਨਾ ਗੱਡੀਆਂ ਗੁੱਡੀਆਂ ਦਾ ਕੋਈ ਸਾਧਨ ਉਹ ਨਹੀਂ ਚਾਹੀਦਾ ਜੀਆਂ ਸਮਾਰਟ ਸਿਟੀ ਦੀਆਂ ਬੱਸਾਂ ਲੱਗੀਆਂ ਦੀਆਂ ਨਾ ਲੇਕਿਨ ਸਮਾਰਟ ਸਿਟੀ ਮਤਲਬ ਸਿਟੀ ਬੇਚੇ ਕੇ ਲੱਗਣੀ ਆ ਨਾ ਗਰਾਹ ਤੇ ਕਦੇ ਸਮਾਰਟ ਹੋਈ ਨਹੀਂ ਸਕਦਾ ਤੇ ਨਾ ਗਵਰਨਮੈਂਟ ਨੇ ਬ ਲਗ ਲਗ ਜਿਹੜੇ ਆਪਣੇ ਜਿੰਨੇ ਵੀ ਆਪਣੇ ਕੈਂਡੀਡੇਟ ਖੜੋਤੇ ਨੇ ਉਹਦੇ ਲਗ ਲਗ ਮੁੱਦੇ ਨੇ ਜਿਹਾ ਕਿ ਕੋਈ ਆਖਦਾ ਕਿ ਅਸ ਤੋਂ ਹੀ ਇਹ ਦੇਗੇ ਅਸ ਤੋਂ ਹੀ ਹਿੰਦਵਸਤੀਆਂ ਕਰਕੇ ਇਆਂ ਕਰਕੇ ਲੇਕਿਨ ਇਨੇ ਜਿਸ ਤੱਕ ਸਾਨੂੰ ਵੀ ਹੁਣ ਮੇਰੀ 28 ਸਾਲ ਉਮਰ ਹੋਈ ਹੈ ਮੈਂ ਜਦੋਂ ਤੱਕ ਦਿਖਾ ਰਹਿਣੇਗੀ ਇਹ ਮੇਸ਼ਾ ਮੁੱਦੇ ਖਾਲੀ ਚੁੱਕ ਦੇਣਾ ਮੁੱਦੇ ਮੁੱਦੇ ਦੇ ਉੱਪਰ ਲਥ ਦੇਣੀਆਂ ਸਾਨੂੰ ਹੁਣ ਆਣਾ ਇਹਨੇ ਗਮਰਾਹ ਕਰਨਾ ਵੋਟ ਇਹਨੇ ਕੀ ਦੇਈ ਨੇ ਨਾ ਕਿਉਂਕਿ ਅਸ ਆਲੇ-ਪੋਲੇ ਬੰਦਿਆਂ ਵੋਟ ਸਾਨੂੰ ਦੇਣਾ ਵੀ ਜ਼ਰੂਰੀ ਹੈ ਅਛਾ ਬੋਟ ਨਹੀਂ ਦੇਣਾ ਫਿਰ ਉਹਦੇ ਬਾਅਦ ਇਹਨੇ ਸਾਨੂੰ ਦਿਖਣਾ ਚਾਹੀਦਾ ਨਾ ਕਿ ਉਸ ਗ੍ਰਾਂ ਦੇ ਵਿੱਚੋਂ ਅਸੀਂ ਨੇ ਵੋਟ ਲੈ ਤੇ ਦੇਣਾ ਉਹ ਉਸ ਟਾਈਮ ਉਹ ਬੰਦੇ ਸਾਨੂੰ ਬੋਟ ਪਾਏ ਹਨ ਉਹਦੇ ਵਾਸਤੇ ਹੁਣ ਅਸੀਂ ਜੀਏ ਦਿਖਣਾ ਕਿ ਉਹਦੇ ਘਰ ਗ੍ਰਾਂ ਦੇ ਵਿੱਚ ਕਿਸ ਗੱਲ ਦੀ ਕਮੀ ਆ ਉਹ ਕਮੀ ਉਹਨੇ ਪੂਰੀਆਂ ਕਰਨੀਆਂ ਨੇ ਤੇ ਸਾਡੇ ਗ੍ਰਾਂ ਦਾ ਨਾਮ ਹੈ ਮੇਸ਼ੀਆਂ ਮੀਰਾ ਸਾਹਿਬ ਆਪਣੇ ਆਰਸਪੁਰਾ ਏਰੀਆ ਚ ਪੋਂਦਾ ਇੱਥੋਂ ਆ ਆਰਸਪੁਰਾ 8 ਕਿਲੋਮੀਟਰ ਹੈ ਹਸਪੀਟਲ ਕਿੱਥੇ ਆ 14 15 ਕਿਲੋਮੀਟਰ ਬਕਸ਼ੀ ਨਗਰ ਸਾਨੂੰ ਉਧਰ ਜਾਣਾ ਪੋਂਦਾ ਬਾਕੀ ਇਸ ਗ੍ਰਾਂ ਦੇ ਵਿੱਚ ਨਾ ਕੋਈ ਸੜਕ ਹੈ ਨਾ ਕੁਛ ਹੈ ਉਹ ਦੇਖੋ ਗਾਂ ਦੇ ਵਿੱਚ ਵਿੱਚ ਕੋਈ ਗਰੀਬ ਰਹਿੰਦਾ ਕੋਈ ਨੌਕਰੀ ਵਾਲਾ ਕੋਈ ਕੁਛ ਗਵਰਨਮੈਂਟ ਨੇ ਦੇਖੋ ਜਨਾਬ ਬਿਜਲੀ ਦੇ ਜਿਹੜੇ ਨਾ ਪਹਿਲੇ ਜਿਹੜਾ ਸਿਸਟਮ ਹੀ ਉਹ ਸਾਰਾ ਕੱਟੀ ਛੁੜਿਆ ਉਹ ਨਵੇਂ ਮੀਟਰ ਲਾਇਡ ਨਾ ਸਮਾਰਟ ਮੀਟਰ ਲਾਇਡ ਨਾ ਹੁਣ ਗਰੀਬ ਬੰਦਾ ਕਿੱਧੜੀ ਲਈ ਆਪਣੇ ਬੱਚੇ ਪਾਲੇਗਾ ਕਿ ਚਾ 15-15 20-20 ਹਜ਼ਾਰ ਰੁਪਏ ਦੇ ਬਿੱਲ ਜਮਾ ਕਰਾਏਗਾ ਜੀ ਜਨਾਬ ਸਭ ਤੋਂ ਪਹਿਲਾਂ ਤੇ ਮਹंगाई ਮਾਰਾ ਦੀ ਨਾ ਮਹंगाई ਕੀ ਡੋਨ ਕਰੇਗਾ ਤੇ ਕੋਈ ਸਰਕਾਰ ਜਿਹੜੀ ਸਹੀ ਤਰੀਕੇ ਨਾਲ ਚੱਲੇਗੀ ਤੇ ਜੇ ਇੰਨੀ ਮਹंगाई ਕਰੇਗਾ ਨਰ ਤਾਂ ਲੋਕ ਆਪਣੇ ਆਪਗੇ ਮਰੀ ਜਾਣੇ ਐਨੀ ਦੋਰੀ ਵਾਰੀ ਬੋਰਡ ਕੁੱਤੋਂ ਥੋਣ ਜਨਤਾ ਇਹ ਉਮੀਦ ਕਰਦੀ ਆ ਕਿ ਸਰਕਾਰ ਜਿਹੜੀ ਵੀ ਬਣੇ ਵੈਲਕਮ ਅਸੀਂ ਸੀ ਬੋਰਡ ਪਾਣੇ ਕੀ ਤਿਆਰ ਆ ਅਸ ਖਾਲੀ ਇਹ ਮੁੱਦਾ ਹੈ ਕਿ ਥੋੜਾ ਗਰੀਬ ਬੰਦੇ ਵਾਲ ਵੀ ਦੇਖਣ ਜਿਹੜੇ ਗਰੀਬ ਨਾ ਉਹਦੇ ਬਾਰੇ ਚ ਸੋਚਣ ਕਿ ਜਿਵੇਂ ਜਾਨੇ ਕਿ ਚੀਨੀ ਹੁੰਦੀ ਸੀ ਅੱਜ ਵੀ ਨਹੀਂ ਸ ਮੀ ਲੱਗ ਰਿਹਾ ਹੋਰ 4 ਸਾਲ ਆ ਜਿਹੜੇ ਆਣੇ ਨਾ ਨਹੀਂ ਕਿ ਚੋਲ ਵੀ ਨਹੀਂ ਸੋਣੇ ਆਟਾ ਵੀ ਨਹੀਂ ਸੋਣਾ ਤੇ ਜਿੰਦੇ ਕੋਲ ਨਹੀਂ ਜ਼ਮੀਨਾਂ ਹਨ ਉਹ ਕੀ ਕਰਨਣ ਹੁਣ 5-600 ਰੁਪਏ ਦਿਹਾੜੀ ਆ ਤੇ 5-600 ਦਿਹਾੜੀ ਦੇ ਵਿੱਚ ਖਾਲੀ-ਖਾਲੀ ਆਪਣੇ ਬੱਚੇ ਚਾ ਬੱਚੇ ਪੜ੍ਹਾਈ ਲੋ ਸਕੂਲ ਵਿੱਚ ਪੜ੍ਹਾਈ ਲੋ ਤੇ ਜੀਆਂ ਹੁਣ ਸਾੜੇ ਆਪਣੇ ਥੋੜੇ ਜਿਹਿਆਂ بڑے ਕੋਟੇ ਹੈ ਸਾੜੇ ਐਸ ਸੀ ਕੋਟੇ ਹਨ ਜਾਂ ਜਿਹੜੇ ਸਟੂਡ ਵਾਸਤੇ ਬੱਚੇ ਵੀ ਵਿਚਾਰੇ ਗੀ ਨੌਕਰੀ ਹੀ ਜਿਹੜੀ 2-4 ਨੰਬਰ ਘੱਟ ਵੀ ਹੁੰਦੇ ਹੋਣੇ ਸਟੈਚੂ ਲਈਏ ਪਾਸ ਕਰੀਉਂਦੇ ਹਨ ਕਿ ਚਲੋ ਜੀ ਦੇਵੋ ਇਹਨਾਂ ਨੂੰ ਨੌਕਰੀ ਉਹਨ ਉੱਭੀ ਮੁੱਦੇ ਉਤੇ ਖਤਮ ਹੋਈ ਜਾਣ ਉੱਭੀ ਜਾਣੀਆਂ ਦਿਲ ਦੀਆਂ ਖੁਆਇਸ਼ਾਂ ਉੱਭੀ ਨਹੀਂ ਲਈਆਂ ਨਾ ਹੁਣ ਪੜੇ ਲਿਖੇ ਦੇ ਬੱਚੇ ਜਿਹੜੇ ਨਾ ਖੱਜਲੋਆ ਦੇਣਾ ਕੋਈ ਫੈਕਟਰੀ 'ਚ ਲੱਗੇ ਦਾ ਕੋਈ ਕੁੱਤੇ ਲੱਗੇ ਦਾ ਕੋਈ 14ਵੀਂ ਪਾਸ ਕੋਈ 15ਵੀਂ ਪਾਸ ਸਰਕਾਰ ਅੱਗੇ ਇਹ ਪੀ ਲੈ ਕਿ ਹੁਣ ਅਗਰ ਕੋਈ ਤਾਂ ਸਰਾਖ ਸਾਈਡ ਵਾਸਤੇ ਸ਼ੈਡੂਲ ਹੋ ਗਿਆ ਸੀ ਜਾਚੇ ਤੇ ਜਾਚੇ ਕਿਹੜੇ ਪਾਸੇ ਜਾਚੇ ਤੇ ਮੈਂ ਇਹ ਅਪੀਲ ਕਰਨਾ ਕਿ ਸਾਡੇ ਗਰੀਬ ਲੋਕਿਆਂ 'ਵਾਲ ਗਰੀਬ ਜਨਤਾ ਲਈ ਸਾਡ ਧਿਆਨ ਮਾਰੋ ਔਰ ਇੰਦਾ ਕੋਈ ਮਸਲਾ ਹੱਲ ਕਰੋ ਔਰ ਮਹਿੰਗਾਈ ਨਹੀਂ ਨਹੀਂ ਕਰੋ ਔਰ ਮਹਿੰਗਾਈ ਦੇ ਵਿੱਚ ਸਾਡੀ ਜਨਤਾ ਜਿਹੜੀ ਵਿਚਾਰੀ ਭੁੱਖੀ ਮ